ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮਹਿੰਦਰ ਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ Q&A, ਯਾਨੀ ਕਿ ਕੁਐਸਚਨ ਅਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਆ। ਉਹ ਸ਼ੁਰੂ ਕਰਦੇ ਹਾਂ ਜੀ ਅੱਜ ਦਾ Q&A। ਸਭ ਤੋਂ ਪਹਿਲਾ ਕਮੈਂਟ ਹੈ ਜੀ ਨਿਖਿਲ ਵਿਨੀਪੈਗ ਦਾ। ਇਹ ਕਮੈਂਟ ਕਰ ਰਹੇ ਨੇ, ਹੈਲੋ ਪਲੀਜ਼ ਟੈਲ ਅਬਾਊਟ ਕਲੋਜ਼ ਵਰਕ ਪਰਮਿਟ। ਇਹ ਕਹਿੰਦੇ ਨੇ ਸਾਨੂੰ ਕਲੋਜ਼ ਵਰਕ ਪਰਮਿਟ ਬਾਰੇ ਦੱਸੋ, ਜਾਂ ਇਹ ਪ੍ਰੋਸੈਸਿੰਗ ਟਾਈਮ ਪੁੱਛਦੇ ਹੋਣਗੇ, ਹੈ ਨਾ। ਸੋ ਕਲੋਜ਼ ਵਰਕ ਪਰਮਿਟ ਕੀ ਹੁੰਦਾ ਦੋਸਤੋ? ਕਲੋਜ਼ ਵਰਕ ਪਰਮਿਟ ਜਦੋਂ ਤੁਸੀਂ ਕੈਨੇਡਾ ਵਰਕ ਪਰਮਿਟ 'ਤੇ ਜਾਂਦੇ ਹੈਗੇ ਹੋ ਔਰ ਜਿਸ ਇੰਪਲਾਇਰ ਨੇ ਤੁਹਾਨੂੰ LMI ਦਿੱਤੀ ਹੈ ਤੁਸੀਂ ਉੱਥੇ ਹੀ ਕੰਮ ਕਰਦੇ ਹੈਗੇ ਹੋ, ਉਹਨੂੰ ਕਲੋਜ਼ ਵਰਕ ਪਰਮਿਟ ਕਹਿੰਦੇ ਹੈ। ਦੂਜਾ, ਜਿੰਨੇ ਵੀ ਪਰਸਨ ਜਿਹੜੇ ਹੈਗੇ LMI 'ਤੇ ਕੈਨੇਡਾ ਜਾਂਦੇ ਨੇ ਉਹ ਕਲੋਜ਼ ਵਰਕ ਪਰਮਿਟ 'ਤੇ ਜਾਂਦੇ ਨੇ। ਵਰਕ ਪਰਮਿਟ ਦੋ ਤਰੀਕੇ ਦਾ ਹੁੰਦਾ ਹੈ, ਕਲੋਜ਼ ਵਰਕ ਪਰਮਿਟ ਅਤੇ ਓਪਨ ਵਰਕ ਪਰਮਿਟ। ਕਲੋਜ਼ ਵਰਕ ਪਰਮਿਟ ਹੁੰਦਾ ਹੈ ਜੀ ਜਿੱਥੋਂ ਤੁਸੀਂ LMI ਲਿੱਤੀ, ਜਿਹੜਾ ਤੁਹਾਡਾ ਇੰਪਲਾਇਰ ਹੈ ਜਿਸਨੇ ਤੁਹਾਨੂੰ ਸੱਦਿਆ ਤੁਹਾਨੂੰ ਉੱਥੇ ਹੀ ਕੰਮ ਕਰਨਾ ਪਏਗਾ, ਉਹਨੂੰ ਆਪਾਂ ਕਲੋਜ਼ ਵਰਕ ਪਰਮਿਟ ਕਹਿ ਦਿੰਦੇ ਹਾਂ। ਅਤੇ ਜੇ ਤੁਹਾਡਾ ਸਪਾਊਸ ਕੈਨੇਡਾ 'ਚ ਹੈ ਅਤੇ ਉਹ ਤੁਹਾਨੂੰ ਵਰਕ ਪਰਮਿਟ 'ਤੇ ਸੱਦਿਆ, ਉਹਨੂੰ ਆਪਾਂ ਓਪਨ ਵਰਕ ਪਰਮਿਟ ਕਹਿ ਦਿੰਦੇ ਹਾਂ। ਤੁਸੀਂ ਕਿਤੇ ਵੀ ਕੰਮ ਕਰ ਸਕਦੇ। ਕਈ ਲੋਕ ਕਲੋਜ਼ ਤੋਂ ਵੀ ਜਾ ਕੇ ਕਲੋਜ਼ ਤੋਂ ਓਪਨ ਵਰਕ ਪਰਮਿਟ ਵੀ ਕਰਵਾ ਲੈਂਦੇ ਨੇ, ਉਹਦਾ ਪ੍ਰੋਸੈਸ ਜਿਹੜਾ ਹੈਗਾ ਉਹ ਅਲੱਗ ਹੈ। ਅਤੇ ਕਲੋਜ਼ ਵਰਕ ਪਰਮਿਟ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ, ਜਿਸ ਦਿਨ ਤੁਹਾਡੀ ਫਾਈਲ ਅੰਬੈਸੀ ਦੇ ਵਿੱਚ ਸਬਮਿਟ ਹੋ ਗਈ ਉਸ ਤੋਂ 4 ਮਹੀਨੇ ਲੱਗਦੇ ਨੇ, 4 ਮਹੀਨੇ ਦਾ ਪ੍ਰੋਸੈਸਿੰਗ ਟਾਈਮ ਹੈ। ਸੋ 4 ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਰਿਜ਼ਲਟ ਹੈਗਾ ਉਹ ਆ ਜਾਂਦਾ ਹੈ ਜੀ। ਅਗਲਾ ਕਮੈਂਟ ਹੈ ਜੀ ਯੂਜ਼ਰ ਇਨ 74 ਲਿਖਦੇ ਨੇ, ਹੈਲੋ ਸਰ, ਆਈ ਐਮ ਰੀਸੈਂਟਲੀ ਟਰੈਵਲ ਇਨ ਜਰਮਨੀ, ਫਰਾਂਸ ਐਂਡ ਬੈਲਜੀਅਮ, ਕੈਨ ਆਈ ਗੈਟ USA B1-2 ਵੀਜ਼ਾ ਈਜ਼ਲੀ, ਮਾਈ ਏਜ ਇਜ 17। ਬਿਲਕੁਲ ਤੁਸੀਂ ਲੈ ਸਕਦੇ ਹੋ ਜੀ। ਦੇਖੋ, ਕੋਈ ਵੀ ਕੰਟਰੀ ਵੀਜ਼ਾ ਦੇਣ ਲੱਗੇ ਕੀ ਦੇਖਦੀ ਹੈ? ਅੰਬੈਸੀ ਦੇਖਦੀ ਹੈ ਕਿ ਤੁਹਾਡੇ ਕੋਲ ਇੰਡੀਆ 'ਚ ਇਸ ਤਰ੍ਹਾਂ ਦਾ ਕੀ ਹੈ ਜਿਸ ਕਰਕੇ ਤੁਸੀਂ ਵਾਪਸ ਮੁੜ ਕੇ ਜਾਓਗੇ। ਦੂਜਾ, ਕੀ ਤੁਸੀਂ ਕੋਈ ਵਧੀਆ ਕੰਟਰੀ ਵੀਟ ਕੀਤਾ ਹੋਇਆ ਹੈਗਾ? ਯਾਨੀ ਕਿ ਅੰਬੈਸੀ ਨੂੰ ਗਰੰਟੀ ਚਾਹੀਦੀ ਹੁੰਦੀ ਹੈ ਕਿ ਤੁਸੀਂ ਜੈਨੂਅਨ ਵਿਜ਼ਟਰ ਹੈਗੇ ਹੋ। ਜੇਕਰ ਆਪਾਂ ਆਪਣੀ ਟਰੈਵਲ ਹਿਸਟਰੀ ਦੇ ਜ਼ਰੀਏ, ਆਪਣੀ ਪ੍ਰੋਫਾਈਲ ਦੇ ਜ਼ਰੀਏ, ਆਪਣੀ ਫੈਮਿਲੀ ਟਾਈਜ਼ ਦੇ ਜ਼ਰੀਏ ਜਾਂ ਬਿਜ਼ਨਸ ਜੋਬ ਟਾਈਜ਼ ਦੇ ਜ਼ਰੀਏ ਜੇ ਆਪਾਂ ਅੰਬੈਸੀ ਨੂੰ ਇਹ ਯਕੀਨ ਦਵਾ ਸਕੀਏ ਕਿ ਮੈਂ ਇੱਕ ਜੈਨੂਅਨ ਵਿਜ਼ਟਰ ਹਾਂ ਤਾਂ ਵੀਜ਼ਾ ਜਿਹੜਾ ਮਿਲ ਜਾਂਦਾ ਹੈ। USA ਕੀ ਦੇਖਦਾ? ਜਦੋਂ ਆਪਾਂ USA ਦਾ ਐਪਲੀਕੇਸ਼ਨ ਫਾਰਮ ਫਿਲ ਕਰਦੇ ਹੈਗੇ ਹਾਂ ਜੀ, ਉਦੋਂ ਕੀ ਹੁੰਦਾ ਹੈ ਕਿ ਉਦੋਂ ਤੁਹਾਨੂੰ ਸਵਾਲ ਪੁੱਛਦੀ ਹੈ ਅੰਬੈਸੀ ਕਿ ਤੁਸੀਂ ਕਿਸੇ ਕੰਟਰੀ 'ਚ ਵਿਜ਼ਿਟ ਕੀਤਾ ਹੋਇਆ ਹੈਗਾ। ਸੋ ਜੇਕਰ ਤੁਸੀਂ ਕਿਸੇ ਅੱਛੇ ਕੰਟਰੀ 'ਚ ਵਿਜ਼ਿਟ ਕੀਤਾ ਹੋਇਆ ਤਾਂ ਉਸ ਚੀਜ਼ ਦੀ ਵੈਲਿਊ ਪੈਂਦੀ ਹੈ। ਸੋ ਤੁਸੀਂ ਸ਼ੈਨਗਨ ਕੰਟਰੀਆਂ 3-4 ਵਿਜ਼ਿਟ ਕੀਤੀਆਂ ਨੇ, ਸੋ ਤੁਹਾਡਾ ਵੀਜ਼ਾ ਨਿਕਲ ਸਕਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇਕਰ ਵਧੀਆ ਤਰੀਕੇ ਨਾਲ ਤੁਸੀਂ ਅਪਲਾਈ ਕਰਦੇ ਹੈਗੇ ਹੋ। ਔਰ USA ਦੇ ਵਿੱਚ ਕੀ ਹੁੰਦਾ ਕਿ ਇੰਟਰਵਿਊ ਬੇਸ ਵੀਜ਼ਾ ਹੁੰਦਾ ਹੈ, ਜੇ ਤੁਸੀਂ ਇੰਟਰਵਿਊ 'ਚ 40% ਵੀ ਪਰਫੋਰਮ ਕਰ ਜਾਂਦੇ ਹੋ ਤਾਂ ਵੀ ਤੁਹਾਨੂੰ ਜਿਹੜਾ ਵੀਜ਼ਾ ਹੈਗਾ ਉਹ ਮਿਲ ਜਾਂਦਾ ਹੈ। ਅਗਲਾ ਕਮੈਂਟ ਹੈ ਜੀ ਦੀਪ ਪ੍ਰਕਾਸ਼ ਸ਼ਰਮਾ ਲਿਖਦੇ ਨੇ, ਸਰ ਜੀ ਨਿਊਫਾਊਂਡਲੈਂਡ ਲੇਬਰਡ ਪ੍ਰੋਵਾਈਡਿੰਗ ਸ਼ਾਹੀ ਸਹੀ ਹੈ ਕਿਆ ਕਰਨੇ ਕਿ ਇਹ ਵਰਕ ਪਰਮਿਟ ਕਿੱਦਾਂ ਮਿਲਦਾ ਹੈਗਾ? ਵਰਕ ਪਰਮਿਟ ਵਾਸਤੇ ਤੁਹਾਨੂੰ ਜੋਬ ਆਫਰ ਜ਼ਰੂਰੀ ਹੈ ਜੀ, ਜਾਂ ਤੁਸੀਂ ਸਕਿੱਲਡ ਵਰਕਰ ਹੋਣੇ ਚਾਹੀਦੇ ਹੈਗੇ ਹੋ। ਸੋ ਜੇਕਰ ਤੁਹਾਨੂੰ ਕੋਈ ਜੋਬ ਆਫਰ ਕਰਦਾ ਹੈਗਾ, ਤੁਹਾਨੂੰ ਕੋਈ LMI ਸੈਂਡ ਕਰਦਾ, ਤਾਂ ਤੁਸੀਂ ਆਪਦਾ ਵਰਕ ਵੀਜ਼ਾ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੋ। ਅਗਲਾ ਵੀਜ਼ਾ ਹੈ ਜੀ ਰਿੰਕੂ ਸਰੋਇਆ ਲਿਖਦੇ ਨੇ, ਹੈਲੋ ਸਰ, ਮੈਂ ਨਿਊਜ਼ੀਲੈਂਡ 'ਚ ਹਾਂ ਅਤੇ ਇੱਥੇ ਮੈਂ ਵਰਕ ਪਰਮਿਟ ਵੀਜ਼ੇ 'ਤੇ ਹਾਂ, ਅਤੇ ਇੱਥੋਂ ਮੈਂ ਆਸਟ੍ਰੇਲੀਆ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ, ਅਤੇ ਕਿੰਨੇ ਚਾਂਸ ਨੇ ਵੀਜ਼ਾ ਲੱਗਣ ਦੇ? ਬਟ ਮੇਰੇ ਕੋਲ ਪਹਿਲਾਂ ਆਸਟ੍ਰੇਲੀਆ ਦਾ ਟ੍ਰਾਂਜ਼ਿਟ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ। ਕੋਈ ਗੱਲ ਨਹੀਂ, ਜੇ ਵੀਜ਼ਾ ਰਿਫਿਊਜ਼ ਹੋ ਗਿਆ ਕੋਈ ਦਿੱਕਤ ਨਹੀਂ। ਜੇਕਰ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਹੈਗਾ ਤਾਂ ਤੁਸੀਂ ਬੜੀ ਆਸਾਨੀ ਨਾਲ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੋ।
ਕਿਉਂਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਪਸ ਦੇ ਵਿੱਚ ਡਾਟਾ ਸ਼ੇਅਰ ਕਰਦਾ ਹੈ ਅਤੇ ਲਗਭਗ ਸੇਮ ਕੰਡੀਸ਼ਨਸ ਹੁੰਦੀਆਂ ਦੋਨਾਂ ਦੀਆਂ ਹੀ ਵੀਜ਼ਾ ਦੇਣ ਲੱਗੇ। ਸੋ ਜੇਕਰ ਤੁਸੀਂ ਨਿਊਜ਼ੀਲੈਂਡ ਵਰਕ ਵੀਜ਼ੇ 'ਤੇ ਹੈਗੇ ਹੋ, ਤੁਹਾਡੇ ਵੀਜ਼ੇ ਦੀ ਵੈਲਿਡਿਟੀ 1 ਸਾਲ ਤੋਂ ਜ਼ਿਆਦਾ ਹੈ, ਤਾਂ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਜਿਹੜਾ ਹੈਗਾ ਜੀ ਉਹ ਅਪਲਾਈ ਕਰ ਸਕਦੇ ਹੋ। ਔਰ ਤੁਸੀਂ ਸਾਡੀ ਹੈਲਪ ਵੀ ਲੈ ਸਕਦੇ ਹੋ, ਕਿਉਂਕਿ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਇਹ ਸਾਰਾ ਔਨਲਾਈਨ ਪ੍ਰੋਸੈਸ ਹੈ। ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਆਪਾਂ ਨੂੰ ਅੰਬੈਸੀ ਜਾ ਕੇ ਫਾਈਲ ਦੇਣ ਦੀ ਜ਼ਰੂਰਤ ਨਹੀਂ ਹੈਗੀ, ਨਾ ਹੀ ਕੋਈ ਬਾਇਓਮੈਟ੍ਰਿਕ ਕਰਾਉਣ ਦੀ ਜ਼ਰੂਰਤ ਹੈ। ਕੁਛ ਪੇਪਰਾਂ ਦੀ ਜ਼ਰੂਰਤ ਪੈਂਦੀ ਹੈ, ਜਿਵੇਂ ਤੁਸੀਂ ਨਿਊਜ਼ੀਲੈਂਡ ਵਰਕ ਵੀਜ਼ਾ 'ਤੇ ਹੋ, ਤੁਹਾਡੇ ਵੀਜ਼ਾ ਦੀ ਕਾਪੀ ਚਾਹੀਦੀ ਹੈ, ਪਾਸਪੋਰਟ ਦੀ ਕਾਪੀ ਚਾਹੀਦੀ ਹੈ, ਤੁਹਾਡਾ ਵਰਕ ਕੰਟਰੈਕਟ ਚਾਹੀਦਾ ਹੈ, ਜਿਸ ਅਕਾਊਂਟ 'ਤੇ ਵੀ ਤੁਹਾਡੀ ਸੈਲਰੀ ਆਉਂਦੀ ਹੈ ਉਹਦੀ ਤੁਸੀਂ ਸਾਨੂੰ ਸਟੇਟਮੈਂਟ ਦੇ ਦਿਓ, ਅਤੇ 5,000 ਨਿਊਜ਼ੀਲੈਂਡ ਡਾਲਰ ਤੁਹਾਡੇ ਅਕਾਊਂਟ ਦੇ ਵਿੱਚ ਹੋਣ, ਤੁਹਾਡੀ ਫੋਟੋ ਅਤੇ ਫੈਮਿਲੀ ਦੀ ਡਿਟੇਲ। ਇਹ ਪੇਪਰ ਤੁਸੀਂ ਸਾਨੂੰ ਭੇਜ ਸਕਦੇ ਹੋ, ਇਹਨਾਂ ਪੇਪਰਾਂ ਦੇ ਬੇਸ 'ਤੇ ਹੀ ਅਸੀਂ ਤੁਹਾਡੀ ਔਨਲਾਈਨ ਫਾਈਲ ਅਪਲਾਈ ਕਰ ਦਾਂਗੇ ਅਤੇ ਵੀਜ਼ਾ ਆ ਜਾਏਗਾ, ਔਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਜਿਹੜੀ ਨਹੀਂ ਆਏਗੀ, ਕਿਉਂਕਿ ਸਾਡੀ ਜਿਹੜੀ ਕੰਪਨੀ ਹੈ ਵਰਲਡ ਵਾਈਡ ਸਰਵਿਸ ਪ੍ਰੋਵਾਈਡ ਕਰਦੀ। ਤੁਸੀਂ ਕਿਸੇ ਵੀ ਕੰਟਰੀ 'ਚੋਂ, ਕਿਸੇ ਵੀ ਕੰਟਰੀ ਤੋਂ ਜੋ ਹੋ, ਕਿਸੇ ਵੀ ਹੋਰ ਕੰਟਰੀ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ, ਸ਼ਿਫਟ ਹੋਣਾ ਚਾਹੁੰਦੇ ਹੋ, ਅਸੀਂ ਤੁਹਾਡੀ ਡੈਫੀਨੇਟ ਜਿਹੜੀ ਹੈਗੀ ਹੈ ਉਹ ਹੈਲਪ ਕਰਦੇ ਹਾਂ, ਤੁਸੀਂ ਸਾਡੀ ਹੈਲਪ ਲੈ ਸਕਦੇ ਹੋ। ਅਗਲਾ ਕਮੈਂਟ ਹੈ ਜੀ, ਰਿੰਕੂ ਪਾਲ ਲਿਖਦੇ ਨੇ, ਕਿਆ ਅਲੋਨ ਕਾ ਵੀ ਟੂਰਿਸਟ ਵੀਜ਼ਾ ਲੱਗ ਸਕਦਾ ਹੈ ਸਰ, ਪਲੀਜ਼ ਟੈਲ ਮੀ। ਬਿਲਕੁਲ, ਇਕੱਲਿਆਂ ਦਾ ਵੀ ਲੱਗ ਜਾਂਦਾ, ਕੋਈ ਪ੍ਰੋਬਲਮ ਨਹੀਂ ਹੈ, ਕਿਸੇ ਦਾ ਵੀ ਵੀਜ਼ਾ ਲੱਗ ਸਕਦਾ ਹੈ। ਦੇਖੋ, ਵੀਜ਼ਾ ਲਈ ਚਾਹੀਦਾ ਕੀ ਹੁੰਦਾ ਹੈ? ਵੀਜ਼ਾ ਲਈ ਤੁਹਾਡੀ ਪ੍ਰੋਫਾਈਲ ਅੱਛੀ ਚਾਹੀਦੀ ਹੈ, ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਸਾਡੇ ਤੁਸੀਂ ਡੇਲੀ ਵੀਡੀਓਜ਼ ਦੇਖਦੇ ਹੈਗੇ ਹੋ, ਅਸੀਂ ਅੱਜ ਤੱਕ ਹਜ਼ਾਰਾਂ ਹੀ ਵੀਜ਼ੇ ਨੇ ਜਿਹੜੇ ਬਿਲਕੁਲ ਯੰਗ ਪ੍ਰੋਫਾਈਲ 'ਤੇ, ਫਰੈਸ਼ ਪਾਸਪੋਰਟ 'ਤੇ ਔਰ ਵਿਦਾਊਟ ਕਿਸੇ ਟਰੈਵਲ ਹਿਸਟਰੀ ਤੋਂ ਦਿੱਤੇ ਨੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਸੀਂ ਆਪਦਾ ਜਿਹੜਾ ਵੀਜ਼ਾ ਹੈਗਾ ਉਹ ਅਪਲਾਈ ਕਰ ਵੀ ਸਕਦੇ ਹੋ ਇਕੱਲੇ, ਅਤੇ ਵੀਜ਼ਾ ਲੈ ਵੀ ਸਕਦੇ ਹੈਗੇ ਹੋ। ਸੋ ਦੋਸਤੋ, ਇਹ ਸੀਗੇ ਤੁਹਾਡੇ ਅੱਜ ਦੇ ਸਵਾਲ, ਯਾਨੀ ਕਿ ਤੁਹਾਡੇ ਕਮੈਂਟ ਅਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਅੱਛੇ ਲੱਗੇ ਹੋਣਗੇ। ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ, ਕਾਇੰਡਲੀ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਸ ਤਰ੍ਹਾਂ ਦੀ ਜਾਣਕਾਰੀ ਪਹੁੰਚ ਸਕੇ। ਕਿਉਂਕਿ ਜਿਹੜੇ ਸਵਾਲ ਹੁੰਦੇ ਨੇ ਕਿਸੇ ਇੱਕ ਬੰਦੇ ਦੇ ਨੇ ਹੁੰਦੇ ਨੇ, ਇਸ ਤਰ੍ਹਾਂ ਦੇ ਸਵਾਲ ਹੋਰ ਲੋਕਾਂ ਦੇ ਵੀ ਹੋ ਸਕਦੇ ਹੈ। ਸੋ ਇਹਨਾਂ ਸਵਾਲਾਂ ਦੇ ਜ਼ਰੀਏ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਹੱਲ ਕਰਨ ਦਾ ਮੌਕਾ ਜਿਹੜਾ ਹੈਗਾ ਉਹ ਮਿਲਦਾ ਹੈਗਾ। ਸੋ ਵਧੇਰੇ ਜਾਣਕਾਰੀ ਲਈ, ਜੇਕਰ ਤੁਸੀਂ ਆਪਦੀ ਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਆਪਦਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਵੀ ਕੰਟਰੀ 'ਚੋਂ ਕਿਤੋਂ ਵੀ ਸਾਨੂੰ ਕਾਲ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ, ਸਕਰੀਨ 'ਤੇ 3 ਨੰਬਰਾਂ 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।